ਹਾਂਜੀ ਸਤਿ ਸ਼੍ਰੀ ਅਕਾਲ ਬਾਈ। ਬਾਈ ਹਿਮਾਚਲ ਦੇ ਵਿੱਚ ਨੂਰਪੁਰ ਲਾਗੇ ਇਹ ਹੋਟਲ ਆ ਜੀ। ਹੋਟਲ 'ਤੇ ਜਿੰਨੀਆਂ ਗੱਡੀਆਂ ਰੁਕੀਆਂ ਸੀ, ਆ ਦੇਖੋ ਜੀ, ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਨਤੇ ਆ। ਪੰਜਾਬ ਨੰਬਰ ਗੱਡੀਆਂ ਹਿਮਾਚਲ ਦੇ ਵਿੱਚ, ਰਾਜਸਥਾਨ ਨੰਬਰ ਗੱਡੀ ਆ ਜੀ, ਇਹਦੇ ਸਾਰੇ ਸ਼ੀਸ਼ੇ ਭੰਨਤੇ। ਦੇਖੋ ਜੀ, ਆਹ ਗੁਰਦਾਸਪੁਰ ਦੀ ਆ ਗੱਡੀ, ਇਹਦੇ ਵੀ ਸ਼ੀਸ਼ੇ ਭੰਨਤੇ। ਜਿੰਨੀਆਂ ਗੱਡੀਆਂ ਜੀ, ਹੋਰ ਦੋ ਗੱਡੀਆਂ ਇੱਥੋਂ ਚਲੀਆਂ ਗਈਆਂ ਜੀ। ਅਤੇ ਆਹ ਦੇਖੋ ਜੀ, ਸਾਰੇ ਹਿਮਾਚਲ ਦੇ ਵਿੱਚ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਨਤੇ। ਦੇਖੋ ਜੀ, ਆਹ ਦੇਖੋ ਜੀ ਕਿੰਨਾ ਨੁਕਸਾਨ ਕਰਤਾ ਜੀ। ਰਾਜਸਥਾਨ ਨੰਬਰ ਗੱਡੀ ਆ, ਇਹ ਲੁਧਿਆਣੇ ਦੀ ਗੱਡੀ ਆ ਜੀ। ਆਹ ਦੇਖੋ ਜੀ, ਸਾਰੇ ਸ਼ੀਸ਼ੇ ਭੰਨਤੇ। ਕ੍ਰਿਸਟਾ ਜੀ, ਇੱਥੇ ਦੋ ਗੱਡੀਆਂ ਖੜੀਆਂ ਸੀ, ਇੱਕ ਇੱਧਰ ਅਤੇ ਇੱਕ ਉੱਧਰ, ਉਹ ਚਲੀਆਂ ਗਈਆਂ। ਇਹ ਹੋਟਲ ਹੈ ਜੀ, ਕੇ ਹਿੱਲ ਹੋਟਲ ਜੀ, ਨੂਰਪੁਰ ਦੇ ਲਾਗੇ। ਇਸ ਤਰ੍ਹਾਂ ਦੋਸਤੋ, ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਨਾਲ ਬਹੁਤ ਧੱਕਾ ਹੋ ਰਿਹਾ ਹੈ। ਹਰ ਦਿਨ ਹਿਮਾਚਲ ਵਾਲੇ ਪੰਜਾਬੀਆਂ ਦੇ ਨਾਲ ਕੁੱਟਮਾਰ ਕਰ ਰਹੇ ਹਨ ਅਤੇ ਕਦੇ ਗੱਡੀਆਂ ਤੋੜ ਦਿੰਦੇ ਹਨ। ਤੁਸੀਂ ਇਸ ਮਾਮਲੇ ਦੇ ਬਾਰੇ ਕੀ ਕਹਿਣਾ ਚਾਹੋਗੇ ਦੋਸਤੋ? ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ। ਕਿ ਇਹ ਪੰਜਾਬੀਆਂ ਨਾਲ ਹੁੰਦਾ ਧੱਕਾ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ, ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਅਤੇ ਅਜਿਹੀ ਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ।